ਸੱਚੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ। ਹਰ ਕੋਈ ਆਪਣੀ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ਵਿੱਚ ਉਤਰ ਗਿਆ। ਉੱਥੇ ਹੀ ਪੜ੍ਹੇ ਲਿਖੇ ਸੂਝਵਾਨ ਮਿਹਨਤੀ ਉਮੀਦਵਾਰ ਬੀਬੀ ਅਮਨਦੀਪ ਕੌਰ ਮੈਦਾਨ ਵਿੱਚ ਉਤਰੇ। ਸਾਡੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਮੈਂ ਸਰਪੰਚ ਦੀ ਇਲੈਕਸ਼ਨ ਜਿੱਤ ਗਈ ਤਾਂ ਮੈਂ ਪਹਿਲ ਦੇ ਆਧਾਰ ਤੇ ਪਿੰਡ ਦੀ ਨੁਹਾਰ ਬਦਲ ਦੇਵਾਂਗੀ। ਪਿੰਡ ਵਿੱਚ ਵਧੀਆ ਵਿਕਾਸ, ਬੱਚਿਆਂ ਲਈ ਸਕੂਲ, ਪਾਰਕ ਤੇ ਬਜ਼ੁਰਗਾਂ ਨੂੰ ਹਰ ਸਹੂਲਤ ਪਿੰਡ ਵਿੱਚ ਉਪਲਬਧ ਕਰਵਾ ਕੇ ਦੇਵਾਂਗੀ। ਉੱਥੇ ਹੀ ਲੋਕਾਂ ਦਾ ਵੀ ਇਹਨਾਂ ਨੂੰ ਪੂਰਾ ਸਹਿਯੋਗ ਹੈ। ਪਹਿਲੇ ਨੰਬਰ ਤੇ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗਰਾਊਂਡ ਨੂੰ। ਦੂਜੇ ਨੰਬਰ ਤੇ ਅਸੀਂ ਪਾਣੀ ਨਿਕਾਲ ਕੱਢਣਾ। ਤੀਜਾ ਨੰਬਰ ਜੀ ਅਸੀਂ ਪਿੰਡ ਦੇ ਵਿਚ ਹੱਥ ਬੰਨ ਕੇ ਬੇਨਤੀ ਹੈ ਵੀ ਪਿੰਡ ਦੇ ਵਿਚ ਜਿਹੜਾ ਕੰਮ ਵਧੂਰਾ ਉਹ ਅਸੀਂ ਪੂਰਾ ਕਰਾਂਗੇ। ਕਿਹੋ ਜਿਹਾ ਪਰਿਵਾਰ ਹੈ, ਕਿਹੋ ਜਿਹਾ ਰਵੱਈਆ? ਸਾਰਾ ਪਰਿਵਾਰ ਜੀ ਸੋਹਣਾ ਵਧੀਆ ਇੱਜ਼ਤਦਾਰ ਬੰਦੇ ਨੇ। ਸਾਰੇ ਪਰਿਵਾਰ ਨਾਲ ਅਸੀਂ ਸੰਤੋਖ ਨਾਲ ਸਾਰੇ ਅਸੀਂ ਆਪਣੇ ਭੈਣ ਭਾਈਆਂ ਨਾਲ ਜੁੜ ਕੇ ਅਸੀਂ ਕੰਮ ਕਰਾਂਗੇ ਜੀ। ਠੀਕ ਹੈ ਜੀ, ਤੁਹਾਨੂੰ ਉਮੀਦ ਹੈ ਕਿ ਤੁਹਾਡੀ ਉਮੀਦਾਂ ਖਰੇ ਉਤਰਨਗੇ? ਹਿੰਮਤ ਜੀ ਸਾਡੀ ਪੂਰੀ ਹੈਗੀ, ਉਦੋਂ ਇਹ ਮਾਲਕਾਂ ਨੂੰ ਹਿੰਮਤ ਵੀ ਪਤਾ ਆਪਣੇ ਨਗਰ ਕਿਹੜੇ ਨੂੰ। ਉਦੋਂ ਗਾਹਾਂ ਜੀ ਅਸੀਂ ਆਪਦੇ ਸਾਰੇ ਕੰਮ ਕਰਾਂਗੇ ਜਿਹੜੇ ਆਪਣੇ ਅਫਸਰੇ ਨੇਗੇ ਆਪਣੀ ਚੋਣਾਂ ਦੇ। ਬਾਕੀ ਜੀ ਅਸੀਂ ਜਿਹੜਾ ਕੋਈ ਆਪਦਾ ਨਹੀਂ ਪਿੰਡ ਚ ਕੁਛ ਕੋਈ ਬਣਾਇਆ ਉਹ ਅਸੀਂ ਬਣਾਉਣਾ। ਬਹੁਤ ਚੰਗਾ ਪਰਿਵਾਰ ਆ ਜੀ, ਮੈਂ ਇੰਟਰਟ੍ਰੇਨਿੰਗ ਆ ਜੀ ਆਰਮੀ ਦਾ ਤੇ ਸਾਨੂੰ ਇਹਨਾਂ ਦੇ ਮਾਣ ਆ ਜੀ ਵੀ ਅਸੀਂ ਪੂਰੀ ਸਪੋਰਟ ਆ ਇਹਨਾਂ ਨੂੰ ਸਰਪੰਚ ਬਣਾ ਕੇ ਫੇਰ ਹੀ ਆਵਾਂਗੇ ਜੀ। ਜੀ ਤੇ ਪੂਰਾ ਵਧੀਆ ਪਰਿਵਾਰ ਆ ਜੀ ਮਿਲ ਵਰਤਣ ਵਾਲਾ। ਜੇ ਆਪਾਂ ਯੂਥ ਦੀ ਗੱਲ ਕਰੀਏ, ਯੂਥ ਲਗਭਗ ਕਿੰਨਾ ਕੁ ਸਮਰਥਨ ਦੇ ਰਿਹਾ? ਯੂਥ ਸਾਰਾ ਸਾਡੇ ਨਾਲ ਆ ਜੀ, ਸਪੋਰਟ ਚ ਆ। ਉਹੀ ਗੱਲ ਵੀ ਪਿੰਡ ਚ ਗਰਾਊਂਡ ਨੀ ਕਹਿ ਰਹੇ ਹਨਾ, ਜਦੋਂ ਕਹਿ ਰਹੇ ਨੇ ਬਣਾਵਾਂਗੇ ਵੀ ਜੀ, ਤੇ ਇਸ ਕਰਕੇ ਯੂਥ ਵੀ ਸਾਰਾ ਸਾਡੇ ਨਾਲ ਹੀ ਆ ਜੀ। ਅਸੀਂ ਯੂਥ ਨੂੰ ਸਾਰੇ ਯੂਥ ਸਾਡਾ ਜੀ ਇਹਨਾਂ ਨਾਲ ਆ, ਸਾਡੇ ਸਰਪੰਚ ਇਹਨਾਂ ਨੂੰ ਬਣਾਉਣ ਦੀ ਪੂਰੀ ਜ਼ੋਰ ਲੱਗਿਆ ਵਾ ਜੀ। ਸਰਪੰਚ ਬਣ ਵੀ ਗਿਆ, ਕੋਈ ਇਹੋ ਜਿਹੀ ਗੱਲ ਨੀ ਹੈਗੀ। ਅਸੀਂ ਇਹਨਾਂ ਤੋਂ ਮੰਗ ਇਹ ਰੱਖੀ ਸੀ ਵੀ ਇੱਕ ਤਾਂ ਅਸੀਂ ਗਰਾਊਂਡ ਨੀ ਹੈਗਾ ਸਾਡੇ ਪਿੰਡ ਜੀ, ਸਭ ਤੋਂ ਪਹਿਲਾਂ ਅਸੀਂ ਮੰਗ ਸਰਕਾਰ ਤੋਂ ਵੀ ਇਹ ਕਰਾਂਗੇ ਸਾਡੇ ਪਿੰਡ ਵਿੱਚ ਗਰਾਊਂਡ ਬਣਾਇਆ ਜਾਵੇ ਜੀ। ਉਸ ਤੋਂ ਬਾਅਦ ਅਸੀਂ ਨਸ਼ਿਆਂ ਦੇ ਵੱਲ ਵੀ, ਜਿਹੜੇ ਬੱਚੇ ਇੱਕ ਦੋ ਹੋਏ ਗਏ ਨੇ ਸਾਡੇ ਪਿੰਡ ਤਕਰੀਬਨ, ਬਾਕੀ ਠੀਕ ਆ ਜੀ, ਅਸੀਂ ਨਸ਼ੇ ਨੂੰ ਦੂਰ ਕਰਾਂਗੇ ਜੀ ਆਪਣੇ ਜੀ। ਤੁਹਾਨੂੰ ਲੱਗਦਾ ਕਿ ਬੀਬੀ ਅਮਨਦੀਪ ਕੌਰ ਸਰਪੰਚ ਬਣਨ ਤੋਂ ਬਾਅਦ ਤੁਹਾਡੀ ਉਮੀਦਾਂ ਖਰੇ ਉਤਰ ਪਾਣਗੇ? ਹਾਂਜੀ ਹਾਂ, ਸਾਨੂੰ ਪੂਰੇ ਇਹਨਾਂ ਤੇ ਮਾਣ ਆ ਜੀ। ਇਹਨਾਂ ਨੂੰ ਅਸੀਂ ਆਪ ਖੜਾ ਕੀਤਾ ਜੀ, ਇਹ ਮੰਨ ਆਪ ਨਹੀਂ ਖੜੇ ਹੋਏ, ਅਸੀਂ ਇਹਨਾਂ ਨੂੰ ਕਹੇ ਅਸੀਂ ਜ਼ਰੂਰ ਤੁਹਾਡੇ ਨਾਲ ਆ ਜੀ, ਸਾਡੀਆਂ ਮੰਗਾਂ ਨੇ ਸਾਨੂੰ ਯਕੀਨ ਆ ਜੀ ਇਹਨਾਂ ਦੇ ਪੂਰਾ ਉਤਰਨਗੇ ਜੀ। ਕਿਹੋ ਜਿਹਾ ਪਰਿਵਾਰ ਹੈ, ਕਿਹੋ ਜਿਹਾ ਰਵੱਈਆ? ਇਹ ਮੰਨ ਕੇ ਚਲੋ ਪੂਰਾ ਵਧੀਆ ਪਰਿਵਾਰ ਆ ਜੀ, ਮਿਲ ਵਰਤਣ ਵਾਲਾ ਪਰਿਵਾਰ ਆ, ਦੁੱਖ ਸੁੱਖ ਵਿੱਚ ਹਰੇਕ ਪਰਿਵਾਰ ਨਾਲ ਖੜਦੇ ਨੇ। ਪਿੰਡ ਦੇ ਵਿੱਚ ਵੀ ਮੰਨ ਕੇ ਚਲੋ ਜੇ ਕਿਸੇ ਨੂੰ ਕੋਈ ਕੰਮ ਦੀ ਲੋੜ ਆ ਤਾਂ ਇਹ ਚਾਰ ਭਾਈ ਨੇ, ਚਾਰੇ ਪੰਜੇ ਭਾਈ ਸਾਡੇ ਨਾਲ ਖੜਦੇ ਆ ਜੀ। ਕਿਸੇ ਨਾਲ ਤੂੰ ਘੰਟਾ ਘੜੀ ਕੰਮ ਕਰਾਉਣਾ ਤਾਂ ਵੀ ਜਵਾਬ ਨਹੀਂ ਦਿੰਦੇ ਜੀ, ਤੇ ਬਾਕੀ ਇਹਨਾਂ ਕੋਲ ਆਪਦੇ ਚਾਰ ਟਰੈਕਟਰ ਨੇ ਵੀ, ਇਹਨੇ ਕਿਸੇ ਚੀਜ਼ ਨੂੰ ਕੋਈ ਜਵਾਬ ਦਿੰਦੇ।